ਜਿਆਦਾ ਮੇਰਾ مشورہ اے یا کہ جناب عالی 10 ਪਾ ਲਓ 15 ਪਾ ਲਓ 20 ਪਾ ਲਓ ਯਾਨੀ ਆਪਣੇ ਸਹੀਦ ਨਾਲ ਆਪਣੇ ਸਹੀਦ ਨਾਲ ਪਾ ਲਓ اگر ਤੁਹਾਡੇ ਕੋਲ ਕਪੈਸਿਟੀ ਹੈ ਨਾ ਇਹ ਕਰੋੜ ਦੀ ਜੀ ਜੀ ਤੇ ਤੁਸੀਂ 50 ਲੱਖ ਤੋਂ ਲਾਓ ਕਰੋੜ ਨਾ ਲਾਓ ਹਾਂਜੀ اگر ਉਹਨਾਂ ਕਾਮਯਾਬ ਹੋਣਾ ਵਾ ਡੇਰੀ ਫਾਰਮ ਦੁੱਧ ਵਾਸਤੇ ਤੇ ਉਹ ਪਰਾਂ ਨੂੰ ਜਾਵੇ ਸਰਗੋਧੜੀ ਸਾਈਡ ਨੂੰ ਝਾਂਗੜੀ ਸਾਈਡ ਨੂੰ ਜਿੱਦ ਮੱਲੋ ਮੋੜ ਜਿੱਦ ਨੂੰ ਕਹਿੰਦੇ ਆ ਠੀਕ ਹੋ ਗਿਆ ਬੜੀ ਵੱਡੀ ਮੰਡੀ ਲੱਗਦੀ ਅਸੀਂ ਉੱਥੋਂ ਲੈਂਦੇ ਰਏ ਪਹਿਲੇ ਸਹੀ ਹੈ ਔਰ ਜਿਹਨੇ ਵੈਸੇ ਕਰਨਾ ਸ਼ੌਕ ਉਦਾਂ ਹੀ ਹਾਂਜੀ ਉਹ ਇੱਧਰ ਚੱਲੇ ਫੋਟਾ ਬਾਤ ਹਾਸ਼ਰਪੁਰ ਤੇ ਇਹ ਉਹ ਚੋਲਸਤਾਨੀਆਂ ਉਹ ਬਸ ਐਵੇਂ ਨਾ ਨੀਆਂ ਗਾਈਆਂ ਹੁੰਦੀਆਂ ਉਹ ਡੇਰੀ ਫਾਰਮ ਨਹੀਂ ਚਲਾ ਸਕਦੀਆਂ ਇਹ ਡੇਰੀ ਫਾਰਮ ਦਾ ਕੰਮ ਆ ਦੁੱਧ ਵਾਲਾ ਜੀ ਤੇ ਸ਼ਾਮ ਦੀ ਰਚਵਾਈ ਕੀਤੀ ਸ਼ਾਮੀ ਸਿਰ ਹੋ ਜਾਣੀ ਆ ਸਵੇਰ ਦੀ ਕੀਤੀ ਸਵੇਰ ਸਿਰ ਹੋਏਗੀ ਸਹੀ ਹੋ ਗਈ ਮੇਰੇ ਮੁਤਾਬਕ ਤੇਰੇ ਵਰਗਾ ਕੰਮ ਹੋਰ ਦੁਨੀਆ ਤੇ ਕਾਂ ਅਮਰੀਕਾ ਦਾ ਚੰਗਾ ਕੋਈ ਨਹੀਂ ਜੀ ਅਸਲਾਮੁਅਲੈਕਮ ਜੀ ਵਾਅਲੈਕਮ ਸਲਾਮ ਜਨਾਬ ਕੀ ਹਾਲ ਚਾਲ ਆ ਠੀਕ ਆ ਅਲ੍ਹਾ ਦਾ ਸ਼ੁਕਰ ਹੈ ਅਲ੍ਹਾ ਹਮਦੁਲਿਲਾਹ ਵਾਂ ਅੱਛਾ ਜੀ ਭਾਈ ਪਹਿਲੇ ਸਾਨੂੰ ਨਾ ਆਪਣਾ ਤਾਰਫ ਕਰਵਾ ਦਿਓ मेरा नाम जी मोहम्मद सतार फरूब गुजर फैमिल जी तहसील चीचा पति तो चक नंबर बारह ग्यारह एल बारह ग्यारह एल तहसील चीचावतनी जिला साहिवाल इलाके डेयरी फार्म मौजूद है चौहान डेयरी दे तो चौहान डेयरी फार्म के नाम तो है जी अच्छा सर दसो कि डेयरी फार्म गावे करसे तो चला रहे हो असी जी बकायदगी न दो हज़ार सोलह में शुरू किया वैसे किन्या करसा हो गया वैसे हो जी वैसे सानू काफी देर हो गई लेकिन 2010 तो ज्यादा पास ही आएं पहले कला जिम्मेदार आसी एक रूटीन وچ 8 10 20 एसी जानवर ठीक हो गया अच्छा जी ਤੁਸੀਂ ਇਹ ਦੱਸੋ ਕਿ ਕੀ ਕਿਵੇਂ ਦਾ ਰਿਹਾ ਤੁਹਾਡਾ ਇਹ ਤਜਰਬਾ ਜਦੋਂ ਦਾ ਤੁਸੀਂ ਇਹਨੂੰ ਸ਼ੁਰੂ ਕੀਤਾ 2010 ਤੋਂ اور ਬਕਾਇਦਗੀ ਨਾਲ ਤੁਸੀਂ ਇਹਨੂੰ ਸ਼ੈੱਡ ਬਣਾ ਕੇ ਸ਼ੁਰੂ ਕੀਤਾ 2016 ਦੇ ਵਿੱਚ ਤੁਹਾਡਾ ਕੀ ਤਜਰਬਾ ਰਿਹਾ ਇਹ ਕਿ ਕੰਮ ਕਿਸ ਤਰ੍ਹਾਂ ਹੈ ਬਹੁਤ اچھا ਕੰਮ ਆ ਜੀ ਜਨਾਬ ਹੈ ਇਸ ਕੰਮ ਹੋਰ ਵੀ ਬਹੁਤ ਕੰਮ ਆ ਲੇਕਿਨ ਇਸ ਕੰਮ ਵਰਗੀ ਚਸ ਕੋਈ ਨਹੀਂ ਠੀਕ ਆ ਜੀ ਕੋਈ ਜ਼ਿੰਮੇਵਾਰ ਦੀ ਕੋਈ ਜਨਰਲ ਸਾਜੀ ਮੇਰੇ ਹਿਸਾਬ ਨਾਲ ਤੇ ਉਹ ਸ਼ਾਮ ਨੂੰ ਸ਼ਾਮੀ ਉਹਨੇ ਸੇਲ ਕਰ ਦਿੱਤੀ ਸਵੇਰ ਦੀ ਸਵੇਰ ਸੇਲ ਕਰ ਦਿੱਤੀ ਇਸੇ ਤਰ੍ਹਾਂ ਹੀ ਠੀਕ ਹੋ ਗਿਆ ਇਹਦੇ ਵਰਗੀ ਹੋਰ ਚੰਗੀ ਗੱਲ ਕੋਈ ਨਹੀਂ ਠੀਕ ਹੋ ਗਿਆ ਇਹੜਾ ਡੇਰੀ ਫਾਰਮ ਦਾ ਕੰਮ ਆ ਦੁੱਧ ਵਾਲਾ ਜੀ ਇਹ ਸ਼ਾਮ ਦੀ ਰਚਵਾਈ ਕੀਤੀ ਸ਼ਾਮੀ ਸੇਲ ਹੋ ਜਾਣੀ ਆ ਸਵੇਰ ਦੀ ਕੀਤੀ ਸਵੇਰ ਸੇਲ ਹੋ ਜਾਣੀ ਆ ਸਹੀ ਹੋ ਗਿਆ ਜੀ ਮੇਰੇ ਮੁਤਾਬਕ ਤੇਰੇ ਵਰਗਾ ਕੰਮ ਹੋਰ ਦੁਨੀਆ ਦੇ ਕਹਾਂ ਅਮਰੀਕਾ ਦਾ ਚੰਗਾ ਕੋਈ ਨਹੀਂ ਸਤਾਰਪਾਈ ਤੁਸੀਂ ਸਾਨੂੰ ਇਹ ਦੱਸੋ ਕਿ ਆਪਣੇ ਸੈੱਡ ਦੇ ਵਿੱਚ ਟੋਟਲ ਐਸ ਟਾਈਮ ਕਿੰਨੀਆਂ ਗਾਵਾਂ ਆ ਸਾਡੇ ਕੋਲ ਐਸ ਹੋਗਾ ਜਿਹੜੇ ਗਾਇਆਂ ਜੀ ਹੋ ਰਹੀਆਂ 100 ਪਲੱਸ ਆਈ ਸਾਡੇ ਕੋਲ 100 ਪਲੱਸ ਹੈਗੀਆਂ ਮਾਸ਼ਾਅੱਲਾ ਜੀ ਅੱਛਾ ਇਹ 100 ਪਲੱਸ ਜਿਹੜੀਆਂ ਤੁਹਾਡੀਆਂ ਇਹ ਕੋਈ ਇੱਕ ਬਰੀਡ ਆ ਜਾਂ ਮਿਕਸ ਹੀ ਹੈ ਨਹੀਂ ਇਹ ਮੁxtਲਬ ਬਰੀਡ ਆ ਵਿੱਚ ਜਰਸੀ ਵੀ ਹੈ ਜੀ ਠੀਕ ਹੈ ਵਿੱਚ ਤੁਹਾਨੂੰ ਦੱਸਿਆ ਹਲੈਂਡ ਜਿਹਨੂੰ ਆਪਾਂ ਨਿਦਰਲੈਂਡ ਕਹਿੰਦੇ ਨੇ ਉਹ ਨਸਲ ਵਿੱਚ ਅਮਰੀਕਨ ਵੀ ਹੈ ਦੋ ਬਾਕੀ ਕੋਈ ਆਸਟ੍ਰੇਲੀਆ ਜ਼ਿਆਦਾ ਵਾ ਸਹੀ ਹੈ ਔਰ ਕੈਨੇਡਾ ਇਹ ਮਿਕਸ ਹੋਈਆਂ ਸਾਰੀਆਂ ਸੜੇ ਅੱਛਾ ਆਪਣੇ ਜਿਹੜੀ ਇੱਥੇ 100 ਤੁਸੀਂ گاਵਾਂ ਦਸੀਆਂ ਇਹਨਾਂ ਦੇ ਵਿੱਚੋਂ ਇਸ ਟਾਈਮ ਦੁੱਧ ਦੇਣ ਵਾਲੀਆਂ ਕਿੰਨੀਆਂ ਸਾਡੇ ਕੋਲ ਜਿਹੜੇ ਇਸ ਵਕਤ ਜਿਹੜੇ ਦੁੱਧ ਦਿੰਦੀਆਂ ਸਾਡੇ ਕੋਲ ਹੈਗੀਆਂ 50 50 ਹੈਗੀਆਂ ਤੇ ਉਹਨਾਂ ਦਾ ਡੇਲੀ ਦਾ ਦੁੱਧ ਕਿੰਨਾ ਹੋ ਜਾਂਦਾ ਅੰਦਾਜ਼ਨ ਸਾਡੀ ਜਿਹੜੀ ਐਵਰੇਜ ਆ ਰਹੀ ਨਾਲ ਡੇਲੀ ਦੀ 50ਵਾਂ ਗਾਈਆਂ ਦਾ 50ਵਾਂ ਗਾਈਆਂ ਦੀ ਐਵਰੇਜ ਜਿਹੜੀ ਸਾਡੀ ਉਹ ਜਾ ਰਹੀ ਆ 17-18 ਲੀਟਰ ਠੀਕ ਹੋਣ ਸਹੀ ਹੈ ਗਰਮੀ ਸਰਦੀ ਚ ਜਿਆਦਾ ਹੋ ਜਾਂਦੀ ਤੁਸੀਂ ਤੁਸੀਂ ਇਹ ਦੱਸੋ ਕਿ ਇੰਨੇ ਕਿ ਜਾਨਵਰ ਜਾਨੀ ਤੁਹਾਡੇ ਮਾਸ਼ਾਅੱਲਾ 50 ਜਾਨਵਰ ਜਿਹੜਾ ਦੁੱਧ ਦੇਣ ਵਾਲੇ ਆ ਤੁਸੀਂ ਜਿਹੜੀ ਦੁੱਧ ਵਾਲੀ ਮਸ਼ੀਨ ਲਾਈ ਹੋਈ ਹੈ ਚਵਾਈ ਵਾਲੀ ਉਹ ਮਸ਼ੀਨ ਅੰਦਾਜ਼ਨ ਕਿੰਨੇ ਕ ਦੀ ਆ ਜਾਂਦੀ ਹੈ ਇਹ ਮੈਨੂੰ ਹੋ ਗਈ 4 ਸਾਲ ਲਈ ਨੂੰ ਅੱਛਾ ਜੀ ਉਦੋਂ ਮੈਂ ਲਾਈ ਸੀ 5.5 ਲੱਖ ਸਾਢੇ 5 ਲੱਖ ਚ ਲਾਈ ਸੀ ਅੱਜ ਤੋਂ 4-5 ਸਾਲ ਪਹਿਲੇ ਹਾਂਜੀ ਇੱਥੇ ਜੀ 20 ਗਾਵੀਆਂ ਲੱਗਦੀਆਂ ਵਾ ਠੀਕ ਹੋ ਗਿਆ ਵਿੱਚ ਪਾਰਲਰ ਬਣਿਆ ਵਾ ਸਹੀ ਹੈ ਇੱਕ ਟਾਈਮ ਚ 20 ਲੱਗਣੀਆਂ ਜੀ ਠੀਕ ਹੋ ਗਿਆ ਔਰ ਛੋਟੀਆਂ ਮਸ਼ੀਨਾਂ ਵੀ ਹੈ ਕੋਈ ਦੋਵਾਂ ਵਾਲੀ ਵੀ ਹੈ ਔਰ ਚਾਰ ਵਾਲੀ ਵੀ ਹੈ ਸਹੀ ਹੈ ਲੇਕਿਨ ਉਹ ਜਿਵੇਂ ਜਿਵੇਂ ਜ਼ਰੂਰਤ ਪੇਸ਼ ਹੁੰਦੀ ਉਹਦਾ ਨਾ ਫਿਰ ਆਟੋਮੈਟਿਕਲੀ ਅੱਛਾ ਜਿਹੜੀ ਇਹ 20 ਜਾਨਵਰ ਜਿੱਤੇ ਲੱਗ ਜਾਂਦੇ ਹੈ ਦੁੱਧ ਵਾਲੀ ਮਸ਼ੀਨ ਜਿਹੜੀ ਚੁਵਾਈ ਵਾਲੀ ਹੈ ਇਸ ਟਾਈਮ ਇਹਦਾ ਕੀ ਰੇਟ ਹੋਏਗਾ ਇਸ ਟਾਈਮ ਜੀ ਜ਼ਿਆਦਾ ਜਾਂ ਕੋਈ 1.5-2 ਲੱਖ ਦਾ ਫਰਕ ਹੈ ਸਹੀ ਹੈ ਸਰ ਭਾਈ ਸੰਤ ਤੁਸੀਂ ਇਹ ਦੱਸੋ ਕਿ ਇਹ 100 ਗਾਂ ਜਿਹੜੀ ਤੁਸੀਂ ਰੱਖੀ ਹੈ ਮਾਸ਼ਾਅੱਲਾ ਇਹਦੇ ਵਾਸਤੇ ਅਗਰ ਸਬਜ਼ ਚਾਰਾ ਲਾਈਏ ਤੇ ਉਹ ਕਿੰਨੇ ਕਿਕੜ ਜੁ ਹੋਣਾ ਚਾਹੀਦਾ ਅੰਦਾਜ਼ਨ ਇਹਨਾਂ ਦਾ ਜਿਹੜਾ ਸਬਾਚਾਰਾ 100 ਗਾਂ ਦਾ ਤੇ 3 ਏਕੜਾਂ ਚੋਂ ਨਹੀਂ ਪੂਰਾ ਹੁੰਦਾ ਜੀ ਸਬਾਚਾਰਾ ਜਿਹੜਾ ਸਹੀ ਹੈ ਉਹਦੇ ਵਾਸਤੇ ਤਾਂ ਨਾਮ ਐਸੇ ਨਹੀਂ ਲੇਬਰ ਹੀ ਅਵੇਲੇਬਲ ਹੁੰਦੀ ਆ ਸਹੀ ਹੈ ਇਹਨਾਂ ਵਾਸਤੇ ਸਾਰੇ ਚਾਦਾ ਸਾਇਲੇਜ ਤੁਹਾਡੀ ਸਮਕਈ ਦਾ 100 ਜਾਨਵਰਾਂ ਵਾਸਤੇ ਕਿੰਨਾ ਕਿ ਸਾਇਲੇਜ ਹੋਣਾ ਚਾਹੀਦਾ ਸਾਡੇ ਕੋਲ ਜੀ ਮੈਂ ਰਾ ਮੈਂ ਇਹਨਾਂ ਨੂੰ ਸਬਾਚਾਰਾ ਵਿੱਚ ਇਸਤੇਮਾਲ ਕਰਉਣਾ ਸਹੀ ਹੈ ਔਰ ਸਾਇਲੇਜ ਮੈਂ ਜੀ 1 ਸਾਲ ਦਾ 50 ਏਕੜ ਦਾ ਬਣਾਉਣਾ ਠੀਕ ਹੋ ਗਿਆ ਜੀ ਠੀਕ ਆ ਜੀ ਔਰ ਨਾਲ ਮੈਂ 15 ਤੋਂ 20 ਏਕੜ ਮੇਰਾ ਇਹਨਾਂ ਦਾ ਸਬ ਚਾਰਾ ਵੀ ਹੁੰਦਾ ਜਿਹਦੇ ਜ ਕੁਮਾਰ ਵੀ 3-4 ਏਕੜ ਹੁੰਦੇ ਠੀਕ ਹੋ ਗਿਆ ਟੂੜੀ ਵੀ ਹੁੰਦੀ ਸਹੀ ਹੈ ਟੂੜੀ ਵੀ ਹੁੰਦੀ ਸਬ ਚਾਰਾ ਵੀ ਹੁੰਦਾ ਉਹ ਵੀ ਨਾ ਇਸਤਮਾਲ ਕਰਉਂਦੇ ਅਸੀਂ ਅੱਛਾ ਤੁਹਾਡੇ ਇਹ ਚਾਰਾ ਜੜਨ ਦੀ ਰੁਟੀਨ ਕੀ ਹੈ ਦੋ ਟਾਈਮ ਹੈ ਤਿੰਨ ਟਾਈਮ ਹੈ ਉਹ ਬੱਸ ਟਾਈਮ ਦੇਖ ਰਹੇ ਆ ਕਿ ਤੁਸੀਂ ਜੜਾ ਚਾਰਾ ਨਹੀਂ ਹੈ ਪਿੱਛੇ ਜਾਨਵਰ ਖੜੇ ਆ ਤੇ ਤੁਹਾਡੀ ਟਾਈਮਿੰਗ ਕੀ ਹੈ ਟਾਈਮਿੰਗ ਅਸੀਂ ਨਾਲ ਜੀ ਦੋ ਵਾਰੀ ਵੀ ਚਾਰਾ ਪਾਉਨੇ ਆ ਤੇ ਤਿੰਨ ਵਾਰੀ ਪਾਉਨੇ ਸਹੀ ਹੈ ਠੀਕ ਹੈ ਜੀ ਸਵੇਰ ਕਿੰਨੇ ਵਜੇ ਪਾਉਂਦੇ ਹੋ ਸਵੇਰ ਅਸੀਂ ਇਹਨਾਂ ਨੂੰ ਤਕਰੀਬਨ 10 ਤੋਂ 11 ਵਜੇ ਸਾਲੇ ਜੜਾ ਪਾ ਦਿੰਦਾ ਠੀਕ ਹੋ ਗਿਆ ਉਸ ਤੋਂ ਬਾਅਦ ਫਿਰ ਬੰਦੇ ਆਨੇ ਚਾਰਾ ਆਂਦਾ ਹੁਣ ਸਿਰ ਵੜ ਗਏ ਉਹ ਚਾਰਾ ਫੇਰ ਪਾਉਣਾ ਜੀ ਦੁਬਾਰਾ ਇਹਨਾਂ ਨੂੰ ਸ਼ਾਮ ਨੂੰ 4 ਵਜੇ ਪਾ ਦਿੰਦੇ 3 ਵਜੇ ਹੁਣ ਚਵਾਈ ਤੇ ਚਲ ਗੀਆਂ ਗਾਇਆਂ ਹੁਣ ਚਵਾਈ ਕਰਕੇ ਜੋ ਚਵਾਈ ਤੋਂ ਫਾਰਕ ਹੋਏ ਫਿਰ ਉਹਨਾਂ ਚਾਰਾ ਔਰ ਸਾਇਲੇ ਜਿਹੜਾ ਸੇ ਪਾ ਦੇਣਾ ਰਾਤ ਨੂੰ ਜਿੰਨੀ ਵੇਲੇ ਖੁਰਲੀਆ ਭਰ ਦੇਣੀ ਰਾਤ ਖਾਣੇ ਰਹਿੰਦੀ ਜਰਮੀ ਚ ਰਾਤ ਹੀ ਜ਼ਿਆਦਾ ਖਾਂਦੀਆਂ ਜੀ ਸਹੀ ਹੋ ਗਏ ਅੱਛਾ ਸੰਤ ਤੁਸੀਂ ਇਹ ਦੱਸੋ ਕਿ ਇਹ ਸ਼ੈੱਡ ਜਿਹੜਾ ਤੁਸੀਂ ਬਣਾਇਆ ਵਾ ਇਹਦੇ ਤੇ ਅੰਦਾਜ਼ਨ ਕਿੰਨਾ ਕ ਖਰਚਾ ਹੋ ਗਿਆ ਔਰ ਇਹਦਾ ਰਕਬਾ ਟੋਟਲ ਕਿੰਨਾ ਹੈ ਇਹਦਾ ਰਕਬਾ ਹੈ ਸਾਡਾ ਸਵਾਇ ਕਟ ਦਾ ਠੀਕ ਹੈ ਔਰ ਜਿਹਨੂੰ ਅਸੀਂ 2016 ਤਿੰਨ ਨੂੰ ਕੀਤਾ ਸੀ ਬੁਕਾਦਗੀ ਨਾਲ ਸ਼ੁਰੂ ਮੇਰਾ ਇਹਦੇ ਤੋਂ ਖਰਚਾ 25 ਲੱਖ ਆ ਗਿਆ ਸੀ 6.5 ਛੜ ਤੇ ਕਲੇ ਛੱਡ ਤੇ 25 ਲੱਖ ਆ ਗਿਆ ਸੀ ਸਹੀ ਹੋ ਗਿਆ ਤੇ ਜਿਹੜੀ ਮਤਲਬ ਆ ਤੁਸੀਂ ਚਾਰ ਦੀ ਵਾਰੀ ਕੀਤੀ ਹੈ ਇਹਦੇ ਤੇ ਟੋਟਲ ਕਿੰਨਾ ਖਰਚਾ ਹੋ ਗਿਆ ਜੀ ਇਹ ਤੇ ਸਾਡਾ ਕੋਈ 10 ਕਿ ਲੱਖ ਇੱਥੇ ਆ ਗਿਆ ਜੀ ਚਾਰ ਦੀ ਵਾਰੀ ਕੀਤੀ ਆ ਮਕਾਨ ਪਾਇਆ ਚਿਲਰ ਲਾਇਆ ਇਹ ਹੋ ਗਿਆ ਹੁਣ ਤੇ ਹੋ ਗਿਆ ਡਬਲ ਯਾਨੀ ਇਸ ਟਾਈਮ ਅਗਰ ਕਿਸੇ ਨੇ ਹੁਣ ਸ਼ੁਰੂ ਕਰਨਾ ਵੇ ਤੇ ਹੁਣ ਇਹ ਕਿੰਨਾ ਕੁ ਲੱਗ ਜੇਗਾ ਇਹ ਡਬਲ 25 ਨੂੰ 50 ਕਰ ਲਓ ਜੀ ਹੁਣ ਇਹਦਾ ਯਾਨੀ ਕਿ ਹੁਣ 50 ਲੱਖ ਰੁਪਇਆ ਇੰਨੀਆਂ ਗਾਵਾਂ ਵਾਸਤੇ ਅੱਛਾ ਇਹਦੀ ਲੰਬਾਈ ਚੁੜਾਈ ਕਿੰਨੀ ਹੈ 120 ਫੁੱਟ ਲੰਬਾਈ ਅੱਛਾ ਜੀ ਔਰ ਚੜਾਈ ਹੈ 100 ਫੁੱਟ ਤੁਸੀਂ ਦੱਸੋ ਕਿ ਅਗਰ ਕਿਸੇ ਦੋਸਤ ਨੇ ਗਾਇਆਂ ਵਗੈਰਾ ਖਰੀਦਣੀਆਂ ਹੋਣ ਡੇਰੀ ਫਾਰਮ ਵਾਸਤੇ ਤੇ ਕਿਹੜਾ ਇਲਾਕਾ ਬਿਹਤਰ ਕਿੱਥੋਂ ਖਰੀਦੇ ਬਿਲਕੁਲ ਜੀ ਇਹ ਤੁਹਾਡੀ ਅਸਲ ਗੱਲ ਤੇ ਇਹ ਸੀ ਪੁੱਛਣ ਵਾਲੀ ਤੁਹਾਨੂੰ ਜੀ ਜੀ ਇਹ ਜਿਹੜਾ ਬਰੀਡ ਆ ਨਾ ਜੀ ਬਰੀਡ ਇਹ ਤੁਹਾਨੂੰ ਮਿਲਣਾ ਵਾਸਤੇ ਫਰਗੋਦਾ ਸਾਈਟੋਂ ਠੀਕ ਹੋ ਗਿਆ ਚੁਮਰਾ ਫਰਗੋਦਾ ਮੈਂ ਉੱਪਰਲੀ ਬੈਲਟ ਜੜੀ ਆ ਠੀਕ ਹੋ ਗਿਆ ਜਿਸ ਬੰਦੇ ਨੇ ਡੇਰੀ ਫਾਰਮ ਚਲਾਉਣੀ ਆ ਉਹਨੇ ਇਹਦੇ ਵਿੱਚ ਕਾਮਯਾਬੀ ਕਰਨੀ ਆ ਉਹ ਚੀਜ਼ ਆਉਂਦੀ ਨੇ ਸ਼ਹਿਰ ਨੂੰ ਜਿਹੜੇ ਇਸ ਏਰੀਏ ਦੇ ਮੇਰੇ ਇਲਾਕੇ ਦੇ ਬੰਦੇ ਆ ਜੀ ਜੀ ਅਗਰ ਕਾਮਯਾਬ ਹੋਣਾ ਚਾਹੁੰਦੇ ਆ ਚੀਜ਼ਾਂ ਉਤਨੀ ਚੌਂਕ ਤੋਂ ਬਾਹਰ ਲੈਦੇ ਜਿੰਨੇ ਅਸੀਂ ਕਹਿੰਦੇ ਆ ਹਾਂਜੀ ਅਗਰ ਉਹਨੇ ਕਾਮਯਾਬ ਹੋਣਾ ਵਾ ਡੇਰੀ ਫਾਰਮ ਦੁੱਧ ਵਾਸਤੇ ਤੇ ਉਹ ਪਰਾਂ ਨੂੰ ਜਾਵੇ ਸਰਗੋਧੜੇ ਵਾਲੇ ਸਾਇਰ ਨੂੰ ਝਾਂਗੜੀ ਸਾਇਰ ਨੂੰ ਜਿਹਨੂੰ ਮੱਲੋ ਮੋਰ ਜਿੰਨੂੰ ਕਹਿੰਦੇ ਆ ਠੀਕ ਹੋ ਗਿਆ ਬੜੀ ਵੱਡੀ ਮੰਡੀ ਲੱਗਦੀ ਅਸੀਂ ਉੱਥੋਂ ਲੈਂਦੇ ਰਏ ਪਹਿਲੇ ਸਹੀ ਹੈ ਔਰ ਜਿਹਨੇ ਵੈਸੇ ਕਰਨਾ ਸ਼ੌਕ ਉਦਾਂ ਹੀ ਹਾਂਜੀ ਉਹ ਇੱਧਰ ਚੱਲੇ ਫੋਟਾ ਬਾਤ ਹਾਸਲ ਹੋ ਤਾ ਇਹ ਉਹ ਚੋਲਸਤਾਨੀਆਂ ਉਹ ਬਸ ਐਵੇਂ ਨਾਂ ਦੀਆਂ ਗਾਈਆਂ ਹੁੰਦੀਆਂ ਔਰ ਡੇਰੀ ਫਾਰਮ ਨਹੀਂ ਚਲਾ ਸਕਦੀਆਂ ਤੇ ਸਤਾਰਬਾਈ ਤੁਸੀਂ ਸਾਨੂੰ ਇਹ ਦੱਸੋ ਕਿ ਅਗਰ ਕੋਈ ਦੋਸਤ ਡੇਰੀ ਫਾਰਮ ਸ਼ੁਰੂ ਕਰਨਾ ਚਾਵੇ ਤੇ ਉਹਨੂੰ ਡੇਰੀ ਫਾਰਮ ਕਿੰਨੇ ਜਾਨਵਰਾਂ ਤੋਂ ਕਿੰਨੇ ਰਕਬੇ ਤੋਂ ਕਰਨਾ ਚਾਹੀਦਾ ਸ਼ੁਰੂ ਅਗਰ ਤੋਂ ਡੇਰੀ ਫਾਰਮ ਉਹਨੇ ਕਰਨਾ ਵਾ ਬਕਾਇਦਗੀ ਨਾਲ ਤੇ ਫਿਰ ਉਹਨੂੰ ਸਾਇਲੇ ਤੇ ਆਉਣਾ ਪਏਗਾ ਪਠੇੜ ਚਾਰਾ ਨਹੀਂ ਪੂਰਾ ਹੁੰਦਾ ਸਹੀ ਹੈ ਠੀਕ ਹੋ ਗਿਆ ਜੀ ਇਹ ਜਨਾਬੇ ali ਇੱਕ ਜੜਾਏ ਘੜਾ ਨਾ ਉਹ ਦੋਵਾਂ ਗਾਈਆਂ ਵਾਸਤੇ ਐਸਰੋ 6 ਮਹੀਨੇ ਲਈ ਉਹ 400 ਤੋਂ 500 550 ਮਣ ਨਿਕਲਦਾ ਠੀਕ ਹੋ ਗਿਆ 550 ਮਣ ਨਿਕਲੇ ਤੇ 6 ਮਹੀਨੇ ਉਹਨਾਂ ਇੱਕ ਦੋ ਗਾਈਆਂ ਖਾ ਸਕਦੀਆਂ ਉਸੇ ਰੇਸ਼ੋ ਨਾਲ ਤੁਸੀਂ ਇਹਨੂੰ ਚਲਾ ਸਕਦੇ ਹੋ ਔਰ ਲਾਜ਼ਮੀ ਨਹੀਂ ਜੀ ਇੱਕ ਬੱਦਵਾ ਉਹਨੇ 100 ਗਾਂ ਪਾਵੇ ਹਾਂਜੀ ਸਾਨੂੰ ਸ਼ੌਕਤ ਵਾਸਤੇ ਜੀ ਮੇਰੇ ਕੋਲ 100 ਗਾਂ ਪਾਈ ਆ ਹਾਂਜੀ ਠੀਕ ਆ ਜੀ ਉਹ 100 ਗਾਂ ਦਾ ਲੋਕਾਂ ਨੂੰ ਕੀ ਦਿਖਾਉਣਾ ਸਾਨੂੰ ਸ਼ੌਕਤ ਛੁੱਟੀ ਦੇ ਦੇਣੀ ਚਾਹੀਦੀ ਦਿਖਾਣੀ ਪ੍ਰਾਫਿਟ ਇੱਕ ਅਲੱਗ ਦਾ ਚੀਜ਼ ਹੈ ਬਿਲਕੁਲ ਅਲੱਗ ਚੀਜ਼ ਹੈ ਲੇਕਿਨ ਸਿਆਣਾ ਨੇ ਕਿਹਾ ਕਿ ਉਹਨਾਂ ਪੈਰ ਫਲਾਉ ਜਿੰਨੀ ਤੁਹਾਡੀ ਚਾਦਰ ਆ ਸਹੀ ਹੈ ਲਾਜ਼ਮੀ ਨਹੀਂ ਕਿ 100 ਕਰ ਲੋ ਮੈਂ ਬੜੇ ਵੇਖੇ ਫਾਰਮ ਜਿਨ੍ਹਾਂ ਨੇ 50 100 ਪਾਲੀਆਂ ਫੇਰ ਪਿੱਛੇ ਉਹਨਾਂ ਕੋਲ ਉੱਪਰ ਨਹੀਂ ਹੋਇਆ ਖਰਚੇ ਨਹੀਂ ਕਰ ਹੋਇਆ ਹਾਂਜੀ ਫੇਰ ਜਨਾਬੇ ਬੜੇ ਜੇ 60 ਹੋ ਗਏ ਉਹ ਜੇ ਸਾਰ ਹੋਣ ਤੋਂ ਬਾਅਦ ਉਹ ਛਾਇਮਾਏ ਹੋ ਗਏ ਜੀ ਹਾਂਜੀ ਉਹਨਾਂ ਨੇ ਛੱਡ ਇਦਾਂ ਵੇਚ ਤੇ ਗਾਇਆਂ ਹੌਣ ਪਾਣੇ ਵੇਚਤੀਆਂ ਲੇਦਾ ਮੇਰਾ مشورہ ਇਹ ਆ ਕਿ ਜਨਾਬੇ ਆਲੀ 10 ਪਾ ਲੋ 15 ਪਾ ਲੋ 20 ਪਾ ਲੋ ਯਾਨੀ ਆਪਣੇ ਸਹਿਯਦ ਨਾਲ ਆਪਣੇ ਸਹਿਯਦ ਨਾਲ ਪਾ ਲੋ ਅਗਰ ਤੁਹਾਡੇ ਕੋਲ ਕੈਪੈਸਿਟੀ ਹੈ ਨਾ ਇਹ ਕਰੋੜ ਦੀ ਜੀ ਜੀ ਤੇ ਤੁਸੀਂ 50 ਲੱਖ ਤੋਂ ਲਾਓ ਕਰੋੜ ਨਾ ਲਾਓ 50 ਉਹਦੇ ਤੇ ਇਨਵੈਸਟ ਕਰਨ ਵਾਸਤੇ ਨਾ ਲਾਓ ਹਾਂ ਜੀ ਸ਼ਾਣਾਗਾ ਥੋੜੀਆਂ ਬੋਤੀ ਹੋ ਜਾਂਦੀ ਆ ਕਦੀ ਬੋਤੀਆਂ ਬੋਤੀ ਨਹੀਂ ਹੋਈ ਬਿਲਕੁਲ ਤੇ ਮੇਰਾ ਤਾਂ ਤਜਰਬਾ ਸਾਡੇ ਕੋਲ 10 15 20 ਸੀ ਸਹੀ ਹਾਂ ਅਲਹਮਦੁਲਿਲਾ ਸਾਡੇ ਕੋਲ ਤੁਹਾਡੇ ਸਾਹਮਣੇ ਰੌਣਕ ਲਾਈਏ ਅੱਲਾ ਨਾਲ ਜੀ ਅੱਛਾ ਯਾਨੀ ਕਿ ਤੁਸੀਂ ਕਿ ਤੁਹਾਡੇ ਕੋਲ ਜੋ ਸ਼ੁਰੂ ਕੀਤਾ ਸੀ ਉਦੋਂ ਤੁਹਾਡੇ ਕੋਲ 15-20 ਗਾਇਆਂ ਸੀ। ਬਸ। ਇਸ ਟਾਈਮ ਤੁਹਾਡੇ ਕੋਲ ਮਾਸ਼ਾਅੱਲਾਹ ਤੁਸੀਂ ਦੱਸ ਰਹੇ ਕੋਲ 100 ਹੋ ਗਈਆਂ। 100 ਗਾਇਆਂ ਵਿੱਚ ਮੱਝਾਂ ਵਾ ਇਹਨਾਂ ਦੇ ਕੱਟੇ ਆ। ਸਾਡੇ ਕੋਲ 100 ਤੋਂ 55 ਜਾਨਵਰ ਆ ਟੋਟਲ। ਇਸ ਵਕਤ ਅੱਲਾਹ ਦਾ ਸ਼ੁਕਰ ਹੈ। ਯਾਨੀ ਤੁਸੀਂ 20ਾਂ ਤੋਂ ਸ਼ੁਰੂ ਕੀਤਾ ਸੀ ਤੇ 4 ਸਾਲਾਂ ਦੇ ਵਿੱਚ ਇਸ ਟਾਈਮ ਤੁਹਾਡੇ ਕੋਲ ਮਾਸ਼ਾਅੱਲਾਹ 150 ਤੋਂ ਉੱਤੇ ਜਾਨਵਰ ਆ। 150 ਤੋਂ ਉੱਪਰ ਜਾਨਵਰ। ਮਾਸ਼ਾਅੱਲਾਹ। ਸਤਾਰਪਾਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਸਾਨੂੰ ਟਾਈਮ ਦਿੱਤਾ। ਅਸਲਾਮੁਅਲੈਕੁਮ ਵ ਰahmatullahi। ਵਾਲੈਕੁਮ ਅਸਲਾਮ।